ਸਤਿ ਸ਼੍ਰੀ ਅਕਾਲ ਪੰਜਾਬੀਓ। ਅੱਜ ਕੁਝ ਐਸੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਜੋ ਸਾਡੇ ਸਮਾਜ ਵਿੱਚ ਬਹੁਤ ਅਹਿਮੀਅਤ ਰੱਖਦੀਆਂ ਨੇ। ਸੋ ਜਰਾ ਗੌਰ ਕਰਿਓ ਕੀ ਕਹਿੰਦੇ ਨੇ ਇਹ ਬੋਲ। ਉਹ ਧੀਆਂ ਮੁਟਿਆਰਾਂ ਹਰ ਇੱਕ ਦੇ ਕਰੇ, ਉਹ ਟੀਵੀ ਉੱਤੇ ਗੀਤ ਦੇਂਦੇ ਪਰੇ ਤੋਂ ਪਰੇ, ਉਹ ਧੀਆਂ ਮੁਟਿਆਰਾਂ ਹਰ ਇੱਕ ਦੇ ਕਰੇ, ਉਹ ਟੀਵੀ ਉੱਤੇ ਗੀਤ ਦੇਂਦੇ ਪਰੇ ਤੋਂ ਪਰੇ, ਉਹ ਚਾੜਦੇ ਨੇ ਮੁੱਛਾਂ ਪੱਗਾਂ ਠੋਕ ਠੋਕ ਬੰਨ, ਪਰ ਪਤਾ ਨੀ ਜੇ ਕੀ ਨੇ ਸਰਦਾਰੀਆਂ। ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ, ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ। ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ, ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ। ਅੱਗੇ ਕਹਿੰਦਾ ਉਹ ਲੱਗ ਗਿਆ ਪਤਾ ਹੁਣ ਨਿੱਕੇ ਜਿਹੇ ਜਵਾਕ ਨੂੰ, ਉਹ ਘਰ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ, ਉਹ ਲੱਗ ਗਿਆ ਪਤਾ ਹੁਣ ਨਿੱਕੇ ਜਿਹੇ ਜਵਾਕ ਨੂੰ, ਉਹ ਘਰਾਂ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ। ਉਹ ਵੀਡੀਓ ਬਣਾਉਂਦੇ ਐਸੀਆਂ ਵਾਹਿਆਦ ਨੰਗੀਆਂ ਤੇ ਨੱਚਣ ਕਵਾਰੀਆਂ। ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ, ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ। ਉਹ ਤੁਸੀਂ ਵਿਰਸਾ ਸੰਭਾਲੋ ਗਾਉਣ ਵਾਲੇ ਹੋ, ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ। ਸੋ ਇਹ ਕੁਝ ਬੋਲ ਸੀ ਸਾਡੇ ਵੀਰ ਦੇ ਸਾਹ ਪਣਗੋਟੇ ਦੇ, ਬਹੁਤ ਹੀ ਵਧੀਆ ਲਿਖਦਾ ਏ। ਸੋ ਤਿੰਨ ਚਾਰ ਹੋਰ ਚੀਜ਼ਾਂ ਕੀ ਹੈ, ਇੱਕ ਲੋਕ ਤੱਥ ਜਿਸ ਤਰ੍ਹਾਂ ਹੁਣ ਗਾਇਆ ਏ, ਇਸ ਤਰ੍ਹਾਂ ਦੀ ਇੱਕ ਹੋਰ ਚੀਜ਼ ਹੈ। ਕਹਿੰਦਾ ਸ਼ਗਣਾ ਦੇ ਕੰਮ ਵਿੱਚ ਪਾਨੀ, ਉਹ ਇੱਜ਼ਤਾਂ ਦੀ ਕਰਦੀ ਹਾਨੀ। ਉਹ ਸ਼ਗਣਾ ਦੇ ਕੰਮ ਵਿੱਚ ਪਾਨੀ, ਉਹ ਇੱਜ਼ਤਾਂ ਦੀ ਕਰਦੀ ਹਾਨੀ। ਚਾਰੇ ਕੋਈ ਚੰਨ ਜ਼ਰੂਰੀ, ਔਰਤ ਦੀ ਅੱਖ ਮਸਤਾਨੀ। ਚਾਰੇ ਕੋਈ ਚੰਨ ਜ਼ਰੂਰੀ, ਔਰਤ ਦੀ ਅੱਖ ਮਸਤਾਨੀ। ਟੁੱਟੇ ਹੋਏ ਸਾਕ ਦੁਬਾਰਾ, ਟੁੱਟੇ ਹੋਏ ਸਾਕ ਦੁਬਾਰਾ। ਉਹ ਜੋੜਿਆਂ ਕਦੇ ਜੁੜਦੇ ਨਾ, ਨਿਕਲੇ ਹੋਏ ਬੋਲ ਜਵਾਨੋ। ਵਾਪਸ ਕਦੇ ਮੁੜਦੇ ਨਾ, ਨਿਕਲੇ ਹੋਏ ਤੀਰ ਕਮਾਨੋ। ਅੱਧ ਖੜਦਾ ਇਸ਼ਕ ਲੜਾਉਣਾ, ਉਹ ਧੌਲਾ ਚਾਟਾ ਪਟਵਾਉਣਾ। ਅੱਧ ਖੜਦਾ ਇਸ਼ਕ ਲੜਾਉਣਾ, ਉਹ ਧੌਲਾ ਚਾਟਾ ਪਟਵਾਉਣਾ। ਓਏ ਮਰਦਾਂ ਨੂੰ ਮੇਣਾ ਹੁੰਦਾ ਕੰਜਰੀ ਦਾ ਯਾਰ ਕਹਾਉਣਾ, ਮਰਦਾਂ ਨੂੰ ਮੇਣਾ ਹੁੰਦਾ ਕੰਜਰੀ ਦਾ ਯਾਰ ਕਹਾਉਣਾ। ਸਿਆਣੇ ਸੱਚ ਕਹਿੰਦੇ ਨੇ, ਰੰਨਾ ਦੇ ਠਰਕੀ ਬੰਦੇ ਗੁਜੇ ਨਾ ਰਹਿੰਦੇ ਨੇ, ਉਹ ਰੰਨਾ ਦੇ ਠਰਕੀ ਬੰਦੇ। ਉਹ ਮਹਿਫਲ ਵਿੱਚ ਬੈਠ ਕਿਸੇ ਦਾ, ਉਹ ਪੜਦਾ ਕਦੇ ਯਾਰ ਨਾ ਕਰੀਏ। ਘਰ ਆਏ ਦੁਸ਼ਮਣੀ ਉੱਤੇ ਉਹ ਕਹਿੰਦੇ ਕਦੇ ਵਾਰ ਨਾ ਕਰੀਏ। ਯਾਰਾਂ ਦੀ ਇੱਜ਼ਤ ਨੂੰ ਹੈ ਹੱਥ ਕਦੇ ਪਾਈਏ ਨਾ, ਵੈਰੀ ਦੇ ਘਰ ਚੋਂ ਜਾ ਕੇ ਉਹ ਚੀਜ਼ ਕੋਈ ਖਾਈਏ ਨਾ। ਉਹ ਦੁਸ਼ਮਣ ਦੇ ਘਰ ਚੋਂ ਜਾ ਕੇ ਉਹ ਚੀਜ਼ ਕਦੇ ਖਾਈਏ ਨਾ, ਵੈਰੀ ਦੇ ਘਰ ਚੋਂ ਜਾ ਕੇ ਉਹ ਦੁਸ਼ਮਣ ਦੀ ਹਿੱਕ ਤੇ ਚੜ ਕੇ ਉਹ ਤਰਸ ਕਦੇ ਖਾਈਏ ਨਾ। ਵੱਢ ਦਈਏ ਧੌਣ ਪਲਾਂ ਵਿੱਚ ਆ ਦੇਰੀ ਕਦੇ ਲਾਈਏ ਨਾ, ਵੱਢ ਦਈਏ ਧੌਣ ਪਲਾਂ ਵਿੱਚ ਆ ਦੇਰੀ ਕਦੇ ਲਾਈਏ ਨਾ। ਉਹ ਛੱਡਤਾ ਜੇ ਕਿਤੇ ਜੇ ਆਉਂਦਾ ਫਿਰ ਤੋਂ ਲਲਕਾਰੂਗਾ, ਸੱਪ ਤਾਂ ਸੱਪ ਅਖੀਰੀ ਡੰਗ ਤਾਂ ਮਾਰੂਗਾ, ਸੱਪ ਤਾਂ ਸੱਪ ਅਖੀਰੀ। ਸੋ ਸਾਡੇ ਬਹੁਤ ਹੀ ਪਿਆਰੇ ਵੀਰ ਲਵੀ ਸੰਧੂ ਜੀ, ਸਾਡੇ ਕਰਾਲੀਆਂ ਤੋਂ ਮਨੂ ਵੀਰ, ਸੋ ਸਾਡੇ ਬਹੁਤ ਹੀ ਪਿਆਰੇ ਵੀਰ ਨਵੀ ਜੀ, ਸੋ ਆਪਣੇ ਇੱਧਰ ਗੋਲੇ ਵੀਰ ਖੜੇ ਨੇ, ਤੇ ਢਿੱਲੋਂ ਸਾਹਿਬ ਸਾਡੇ ਸਾਰੇ ਬੜੇ ਪਿਆਰੇ ਵੀਰ ਨੇ, ਗੁਰਪ੍ਰੀਤ ਬੈਦਵਾਨ ਸਾਹਿਬ ਸਾਡੀ ਵੀਡੀਓ ਬਣਾ ਰਹੇ ਨੇ, ਆਪਣਾ ਗਗਨ ਅਮੈਰੀਕਾ USA ਤੋਂ ਸਾਡੇ ਵੀਰ, ਬਹੁਤ ਜ਼ਿਆਦਾ ਸਤਿਕਾਰ, ਬਹੁਤ ਜ਼ਿਆਦਾ ਪਿਆਰ। ਸੋ ਹੁਣ ਇੱਕ ਲਾਈਨ ਜੋ ਬਹੁਤ ਹੀ ਸਾਡੇ ਦਿਲ ਨੂੰ ਛੂੰਹਦੀ ਹੈ, ਨਸ਼ਿਆਂ ਤੇ ਹੈ, ਜ਼ਰਾ ਗੌਰ ਕਰੋ ਕੀ ਗੱਲ ਹੈ। ਕਾਫੀ ਟਾਈਮ ਪਹਿਲਾਂ ਕਈ ਸਾਡੇ ਪੰਜਾਬ ਦੇ ਵੀਰ ਹੋਏ ਨੇ ਸਿੰਗਰ, ਕਿਉਂਕਿ ਮੈਂ ਸੱਚ ਬੋਲਣ ਤੋਂ ਕਦੇ ਨਹੀਂ ਡਰਦਾ, ਕਿਉਂਕਿ ਉਹ ਸੱਚ ਹੈ, ਸੱਚ ਹੈ। ਸੋ ਕਈ ਐਸੇ ਇਨਸਾਨ ਨੇ ਜਿਨ੍ਹਾਂ ਐਸੀਆਂ ਚੀਜ਼ਾਂ ਦਾ ਲੈ ਕੇ ਸਹਾਰਾ ਆਪਣਾ ਨਾਂ ਬਣਾਇਆ ਪੰਜਾਬ ਦੇ ਵਿੱਚ। ਸੋ ਮੈਂ ਸ਼ਰੇਆਮ ਜਦੋਂ ਤੱਕ ਸਟੇਜਾਂ ਤੇ ਗਾਵਾਂਗਾ ਸੱਚ ਹੀ ਬੋਲਾਂਗਾ। ਸੋ ਇੱਕ ਚੀਜ਼ ਲਿਖੀ ਸੀ, ਉਹ ਵੀ ਸਾਹਿਬ ਵੀਰ ਨੇ ਲਿਖੀ ਸੀ, ਕੀ ਕਹਿੰਦਾ। ਉਹ ਨਸ਼ਿਆਂ ਨੇ ਲਿਆਈ ਪੰਜਾਬ ਮੇਰਾ ਖਾ, ਉਹ ਕਿਹੜੀ ਮਾਣ ਵਾਲੀ ਗੱਲ ਗੀਤ ਚਿੱਟੇ ਦੇ ਰਹੇਗਾ। ਉਹ ਨਸ਼ਿਆਂ ਨੇ ਲਿਆਈ ਪੰਜਾਬ ਮੇਰਾ ਖਾ, ਉਹ ਕਿਹੜੀ ਮਾਣ ਵਾਲੀ ਗੱਲ ਗੀਤ ਚਿੱਟੇ ਦੇ ਰਹੇਗਾ। ਉਹ ਘਰ ਹੋਏ ਬਰਬਾਦ ਕਈ ਹੋਣਗੇ, ਉਹ ਹੋਏ ਬਰਬਾਦ ਕਈ ਹੋਣਗੇ, ਕਿਸੇ ਨੇ ਜੇ ਨਾ ਮੁੱਲ ਤਾਰਿਆ। ਉਹ ਥੋੜੀ ਦੇਰ ਆ ਹੱਟੀ ਤੋਂ ਮਿਲੂ ਚਿੱਟਾ, ਉਹ ਸੁਣੀ ਲੁਧਿਆਣੇ ਵਾਲਿਆ, ਉਹ ਦੇਰ ਥੋੜੀ
ਹੱਟੀ ਤੋਂ ਮਿਲੂ ਚਿੱਟਾ ਓਏ ਸੁਣੀ ਲੁਧਿਆਣੇ ਵਾਲਿਆ। ਸੋ ਸਾਡਾ ਅੱਜ ਮੇਨ ਮਕਸਦ ਜਿਹੜਾ ਸੀਗਾ ਲਾਈਵ ਹੋਣ ਦਾ, ਸੋ ਸਾਡਾ ਮੇਲਾ ਹੈ 15 ਤਰੀਕ ਨੂੰ ਕਰਾਲੀ 15 ਫਰਵਰੀ ਸਿਸਮਾ ਰੋਡ ਤੇ, ਇਹੀ ਮਹੀਨੇ ਦੇ 15 ਤਰੀਕ। ਸੋ ਸਾਡੇ ਬਹੁਤ ਹੀ ਪਿਆਰੇ ਵੀਰ ਆਇਓ ਭਾਜੀ, ਅੱਜ ਆਪਾਂ ਇਹਨਾਂ ਦੇ ਫਾਰਮ ਤੇ ਆਏ ਸੀਗੇ ਲਾਈਵ ਹੋਏ। ਸੋ ਵੀਰਾਂ ਨੇ ਬਹੁਤ ਜ਼ਿਆਦਾ ਮਾਣ ਦਿੱਤਾ, ਬਹੁਤ ਜ਼ਿਆਦਾ ਪਿਆਰ ਦਿੱਤਾ, ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਜਲਦੀ ਹੀ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੈ ਕਿ ਫਰਵਰੀ ਦੇ ਲਾਸਟ ਵਿੱਚ ਅਸੀਂ ਆਪਣਾ ਟਰੈਕ ਲਾਂਚ ਕਰ ਦਈਏ ਲੋਕ ਤੱਥ। ਸੋ ਸਾਰੇ ਨੇ ਪਿਆਰ ਬਖਸ਼ਣਾ ਹੈ, ਕਿਉਂਕਿ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਆਪਣੀ ਗਾਇਕੀ ਬਾਰੇ ਕਿ ਇਹ ਸੱਚਾਈ ਬਾਰੇ ਲੋਕ ਕਹਿੰਦੇ ਨੇ ਕਿ ਤੁਸੀਂ ਐਸੀਆਂ ਚੀਜ਼ਾਂ ਗਾਉਂਦੇ ਹੋ। ਮੈਂ ਇੱਕ ਗੱਲ ਕਹਿੰਦਾ ਕਿ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਸਾਰੇ ਸੱਭਿਆਚਾਰ ਦੇ ਵਿੱਚ, ਉਹ ਕਿਹੜੇ ਸਿਸਟਮਾਂ ਚੱਲ ਰਿਹਾ, ਇਹ ਕਲਾਕਾਰ ਨਹੀਂ ਹੈਗੇ, ਇੱਕ ਬਿਜ਼ਨਸਮੈਨ ਬਣ ਚੁੱਕੇ ਨੇ। ਸੋ ਇੱਕ ਗੱਲ ਛੋਟੀ ਜਿਹੀ ਕਹਿਣਾ ਚਾਹਾਂਗਾ, ਹਰ ਇੱਕ ਉਹ ਬੰਦੇ ਨੂੰ ਸਮਝ ਲੈਣਗੇ, ਕਹਿੰਦੇ ਨੇ ਕਿ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪੈਸਾ ਤੇ ਕੰਜਰਾਂ ਕੋਲ ਵੀ ਬੜਾ ਹੁੰਦਾ ਆ ਪਰ ਇੱਜ਼ਤ ਕਿਸੇ ਕਿਸੇ ਦੀ ਹੁੰਦੀ ਹੈ। ਸੋ ਯੂਥ ਨੂੰ ਐਸੀਆਂ ਚੀਜ਼ਾਂ ਦੇ ਕੇ ਚਲੇ ਜਾਓ, ਆਉਣ ਵਾਲੀਆਂ ਪੀੜ੍ਹੀਆਂ ਸੁਧਰ ਜਾਣ। ਸੋ ਜਦੋਂ ਤੱਕ ਗਾਉਂਦੇ ਰਹਾਂਗੇ, ਚਾਹੇ ਯੂਥ ਵੀ ਗਾਵਾਂਗੇ, ਜੋ ਵੀ ਗਾਵਾਂਗੇ, ਉਹ ਵੀ ਸੱਭਿਆਚਾਰ ਦਾਇਰੇ ਚ ਰਹਿ ਕੇ ਗਾਵਾਂਗੇ। ਸੋ ਇੱਕ ਵਾਰ ਫਿਰ ਤੋਂ ਸਤਿ ਸ੍ਰੀ ਅਕਾਲ ਪੰਜਾਬੀਓ, ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਸਦਾ ਸਲਾਮਤ ਰੱਖਿਓ। ਸੋ ਮਿਲਦੇ ਹਾਂ ਜਲਦੀ।